ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਪੈਸੇ ਕਿਸੇ ਹੋਰ ਦੇ ਐਫੀਡੈਵਿਟ ਮੈਂ ਦੇਈ ਜਾਵਾਂ, ਕਿੱਥੋਂ ਤੱਕ ਸਹੀ? ਲੋਕਾਂ ਦੇ ਘਰਾਂ 'ਚ ਜਾ ਕੇ ਉਹਨਾਂ ਨੂੰ ਧਮਕਾਉਣਾ, ਲੋਕਾਂ ਦੀਆਂ ਲੋਕਾਂ ਨੂੰ ਸੀਏ ਸਟਾਫ ਤੋਂ ਫੋਨ ਕਰਾਉਣਾ, ਉਹ ਇਹਨਾਂ ਦਾ ਕੰਮ ਹੈ। ਜਿਹੜਾ ਕੋਈ ਸਾਡਾ ਕੌਂਸਲਰ ਭ੍ਰਿਸ਼ਟਾਚਾਰ ਕਰਦਾ ਸਾਬਤ ਹੋਵੇ ਤਾਂ ਇੱਦਾਂ ਮੇਅਰ ਤਾਂ ਬਹੁਤ ਕੁਛ ਕਹਿੰਦਾ। ਔਰ ਜਿਹੜੇ 17-17 ਹਜ਼ਾਰ ਰੁਪਏ ਨਗਰ ਨਿਗਮ ਤੋਂ ਲੈ ਰਹੇ, ਉਹਨਾਂ ਦੇ ਡਿਪੂ ਆ, ਉਹਨਾਂ ਨੇ ਨੀਲੇ ਕਾਰਡ ਲੋਕਾਂ ਦੀ, ਜਿਹੜੇ ਗਰੀਬ ਜਨਤਾ ਦੀ ਕਣਕ ਖਾ ਰਹੇ ਆ। ਜੇ ਇਹਨਾਂ ਨੂੰ ਉਦਣ ਲੱਗਦਾ ਸੀ ਵੀ ਅਮਰਜੀਤ ਐਮ ਸੀ ਨੇ ਪੈਸੇ ਲਏ, ਉਦਣ ਹੀ ਉਹਦਾ ਨਾਂ ਅਨਾਊਂਸ ਕਰਨਾ ਚਾਹੀਦਾ ਸੀ ਇਹਨਾਂ ਨੂੰ। ਇਹਨਾਂ ਨੇ ਕਾਂਗਰਸੀ ਕੌਂਸਲਰ ਕਹਿ ਕੇ ਸਾਰਿਆਂ 'ਤੇ ਆਰੋਪ ਲਾਏ, ਅਤੇ ਜਿਹਦੇ ਨਾਂ 'ਤੇ ਬਾਲੇ ਛੱਤਾਂ ਦੇ ਪੈਸੇ ਆਏ ਆ, ਉਹ ਬੰਦਾ ਪੂਰੀ ਤਰ੍ਹਾਂ ਕਹਿ ਰਿਹਾ ਵੀ ਮੇਰਾ ਪੁੱਤਰ ਨੇ ਸ਼ਰਾਬ ਪੀ ਕੇ, ਉਹਨੂੰ ਸ਼ਰਾਬ ਪਿਲਾ ਕੇ ਇਹਨਾਂ ਨੇ ਉਹ ਤੋਂ ਗਲਤ ਬਿਆਨਬਾਜ਼ੀ ਕਰਾਈ। ਮੇਰੇ ਹਿਸਾਬ ਨਾਲ ਤਾਂ ਇਹਨਾਂ 'ਤੇ ਕਾਰਵਾਈ ਹੋਣੀ ਚਾਹੀਦੀ, ਇੱਦਾਂ ਦਾ ਪ੍ਰੂਫ ਇਹ ਦੇਣ। ਜੇ ਨਾ ਕਾਰਵਾਈ ਹੋਊਗੀ ਮੈਂ ਸ਼ਹਿਰ ਛੱਡ ਦੂੰ, ਮੈਂ ਕਦੀ ਇਲੈਕਸ਼ਨ ਨਹੀਂ ਲੜੂੰਗਾ। ਇਹ ਪ੍ਰੂਫ ਦੇਣ, ਉੱਥੇ ਕਾਰਵਾਈ ਕਰਾਂਗੇ। ਫਗਵਾੜਾ ਦੇ ਵਿੱਚ ਜਿਮਨੀ ਚੋਣਾਂ ਹੋਈਆਂ, ਉਸ ਦੌਰਾਨ ਬੜੇ ਵੱਡੇ ਵਾਅਦੇ ਕੀਤੇ ਗਏ ਕਾਂਗਰਸ ਵੱਲੋਂ ਵੀ ਅਸੀਂ ਲੋਕਾਂ ਦੇ ਇਕੱਲੇ ਇਕੱਲੇ ਕੰਮ ਕਰਕੇ ਦੇਵਾਂਗੇ। ਦੂਜੇ ਪਾਸੇ ਭਾਜਪਾ ਵੀ ਗੱਲ ਕਰ ਰਹੀ ਸੀ ਕਿ ਕੇਂਦਰ ਦੇ ਵਿੱਚ ਸਰਕਾਰ ਸਾਡੀ ਹੈ ਵੀ ਸਾਨੂੰ ਜਿਤਾ ਦਿਓ ਅਤੇ ਆਪਾਂ ਰਿਕਾਰਡ ਦੁੱਗਣਾ ਕਰਕੇ ਦੇਵਾਂਗੇ। ਪਰ ਲੋਕਾਂ ਨੇ ਕਾਂਗਰਸ ਦੇ ਹੱਕ ਵਿੱਚ ਫਤਵਾ ਦਿੱਤਾ। ਲੋਕਾਂ ਨੂੰ ਆਸ ਸੀ ਕਿ ਪੰਜਾਬ ਵਿੱਚ ਕਾਂਗਰਸ ਸਰਕਾਰ ਆ, ਜੇਕਰ ਆਪਾਂ ਹਲਕੇ ਪਵਾੜੇ MLA ਕਾਂਗਰਸ ਦਾ ਬਣਾ ਦਈਏ ਤਾਂ ਬੜੇ ਵੱਡੇ ਪੱਧਰ 'ਤੇ ਵਿਕਾਸ ਕਰਾ ਸਕਾਂਗੇ। ਪਰ ਉਸ ਸਮੇਂ ਹਲਚਲ ਮੱਚ ਗਈ, ਹਫੜਾਦਫੜੀ ਮੱਚ ਗਈ ਫਗਵਾੜੇ ਦੇ ਵਿੱਚ, ਜਦੋਂ ਕਾਂਗਰਸੀ ਕੌਂਸਲਰ ਦੇ ਵਿੱਚ, ਹਾਲਾਂਕਿ ਉਹ ਭਾਜਪਾ ਨੂੰ ਹੀ ਛੱਡ ਕੇ ਗਿਆ ਆ, ਪਰ ਕਾਂਗਰਸੀ ਕੌਂਸਲ ਦੇ ਬੜੇ ਵੱਡੇ ਇਲਜ਼ਾਮ ਲੱਗੇ ਕਿ ਉਹ ਬਾਲਾ ਛੱਤ ਦੇ ਪੈਸੇ ਦਬਾਉਣ ਲਈ ਲੋਕਾਂ ਤੋਂ 5-5 ਹਜ਼ਾਰ ਜਾਂ 10 ਹਜ਼ਾਰ ਰੁਪਏ ਦੀ ਮੰਗ ਕਰ ਰਿਹਾ। ਪਰ ਕਈ ਪਰਿਵਾਰਾਂ ਨੇ, ਕਈ ਬੰਦਿਆਂ ਨੇ ਆ ਕੇ ਇਹ ਵੀ ਕਹਿਤਾ ਕਿ ਅਸੀਂ 5 ਹਜ਼ਾਰ ਦਿੱਤਾ। ਹਾਲਾਂਕਿ ਜਿਹੜੇ ਹਲਕਾ ਫਗਵਾੜਾ ਦੇ ਵਿਧਾਇਕ ਆ ਬਲਵਿੰਦਰ ਸਿੰਘ ਧਾਲੀਵਾਲ, ਉਹਨਾਂ ਨੇ ਪੂਰੇ ਜਿਹੜੇ ਕਿ ਫਗਵਾੜਾ ਸ਼ਹਿਰ ਦੇ ਲੋਕਾਂ ਨੂੰ ਇਕੱਠੇ ਵੀ ਕੀਤਾ, ਉਹਨਾਂ ਨੂੰ ਅਨਾਊਂਸ ਕਰਕੇ ਪੈਸੇ ਵੀ ਡਿਕਲੇਅਰ ਕਰ ਦਿੱਤੇ। ਅਤੇ ਦੂਜੇ ਪਾਸੇ ਸਖ਼ਤ ਇਤਰਾਜ਼ ਫਗਵਾੜਾ ਦੇ ਮੇਅਰ ਅਰੁਣ ਖੋਸਲਾ ਨੇ ਜਤਾਇਆ ਸੀ। ਉਹਨਾਂ ਨੇ ਕਿਹਾ ਸੀ ਕਿ ਬਲਵਿੰਦਰ ਸਿੰਘ ਧਾਲੀਵਾਲ ਸਿਰਫ ਆਪਣੀ ਸਟੰਟਬਾਜ਼ੀ ਕਰ ਰਹੇ ਆ, ਪਰ ਨੰਬਰਾਂ ਦੇ ਵਿੱਚ ਪਏ ਹੋਏ ਆ ਕਿ ਮੈਂ ਵਿਕਾਸ ਕਰ ਰਿਹਾ ਹਾਂ, ਪਰ ਜਿਹੜੀ ਇਹ ਜਿਹੜੀ ਗ੍ਰਾਂਟ ਆ ਜਾਂ ਜਿਹੜੇ ਇਹ ਬਾਲਾ ਛੱਤ ਦੇ ਪੈਸੇ ਆ, ਇਹ ਸਿਰਫ ਭਾਜਪਾ ਹੀ ਦੇ ਰਹੀ ਆ। ਹੁਣ ਅਸੀਂ ਗੱਲ ਕਰਨ ਜਾਵਾਂਗੇ, ਕਿਉਂਕਿ ਜਿਹੜੇ ਫਗਵਾੜਾ ਦੇ ਕਾਂਗਰਸੀ ਪ੍ਰਧਾਨ ਸੰਜੀਵ ਬੁੱਗਾ ਆ, ਬੜੀਆਂ ਛਾਤੀਆਂ ਚੌੜੀ ਕਰਕੇ ਬੜੇ ਹੱਥੋਂ ਲਾਰ ਕੇ ਕਹਿੰਦੇ ਆ ਵੀ ਜੇਕਰ ਕੋਈ ਵੀ ਫਗਵਾੜਾ ਕਾਂਗਰਸ ਦੇ ਵਿੱਚ ਕੌਂਸਲ ਰਿਸ਼ਵਤਖੋਰੀ ਹੋਵੇਗਾ ਤਾਂ ਉਸ ਨੂੰ ਟੰਗ ਦੇਵਾਂਗੇ, ਅਸੀਂ ਉਸਨੂੰ ਕਾਂਗਰਸ ਤੋਂ ਬਾਹਰ ਕਰ ਦੇਵਾਂਗੇ, ਉਸ 'ਤੇ ਸਖ਼ਤ ਕਾਰਵਾਈ ਕਰਾਂਗੇ। ਹੁਣ ਬੁੱਗਾ ਸਾਹਿਬ ਤੋਂ ਪੁੱਛਾਂਗੇ, ਕਿਉਂਕਿ ਫਗਵਾੜਾ ਦੇ ਮੇਅਰ ਨੇ ਸਾਬਤ ਕਰ ਦਿੱਤਾ ਕਿ ਜਿਹੜੇ ਕਿ ਉੱਥੇ ਦੋਸ਼ ਲਗਭਗ ਸਾਬਤ ਕਰ ਰਹੇ ਆ, ਕਿਉਂਕਿ ਲੋਕਾਂ ਨੇ ਆ ਕੇ ਬਾੜ ਵਾਸੀਆਂ ਨੇ ਇਹਨਾਂ ਦੇ ਕੌਂਸਲ ਦੇ ਖਿਲਾਫ਼, ਅਮਰਜੀਤ ਦੇ ਖਿਲਾਫ਼ ਐਫੀਡੇਵਿਟ ਵੀ ਦੇ ਦਿੱਤੇ ਆ ਕਿ ਇਹਨਾਂ ਨੇ ਸਾਡੇ ਤੋਂ 5-5 ਹਜ਼ਾਰ ਲਿਆ। ਸਰ, ਤੁਹਾਡਾ ਬਹੁਤ ਬਹੁਤ ਸਵਾਗਤ। ਤੁਸੀਂ ਬੜੇ ਵੱਡੇ ਪੱਧਰ 'ਤੇ ਜਦੋਂ ਮੇਅਰ ਖੋਸਲਾ ਨੇ ਇਲਜ਼ਾਮ ਲਾਇਆ ਕਿ ਕਾਂਗਰਸੀ ਦਾ 5-5 ਹਜ਼ਾਰ ਰੁਪਇਆ ਲੈ ਕੇ 50-50 ਹਜ਼ਾਰ ਜਿਹੜੀ ਗ੍ਰਾਂਟ ਦੇ ਰਹੇ ਆ, ਤੁਸੀਂ ਵੱਡਾ ਐਲਾਨ ਕੀਤਾ ਵੀ ਸਾਬਤ ਕਰ ਦਿਓ, ਅਸੀਂ ਆਪਣੀ ਸਖ਼ਤ ਕਾਰਵਾਈ ਕਰਾਂਗੇ। ਹੁਣ ਮੇਅਰ ਖੋਸਲਾ ਨੇ ਸਾਬਤ ਵੀ ਕਰ ਦਿੱਤਾ, ਐਫੀਡੇਵਿਟ ਵੀ ਦੇ ਦਿੱਤਾ, ਅਤੇ ਲੋਕਾਂ ਨੇ ਆ ਕੇ ਕੈਮਰੇ ਅੱਗੇ ਬੋਲ ਵੀ ਦਿੱਤਾ, ਕਿੱਡੀ ਕੁ ਸਖ਼ਤ ਕਾਰਵਾਈ ਕਰਨ ਜਾ ਰਹੇ ਹੋ ਆਪਣੇ ਕੌਂਸਲਰ 'ਤੇ? ਪਹਿਲਾਂ ਤਾਂ ਤੱਗੜ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ, ਸਾਂਝ ਟੀਵੀ ਰਾਹੀਂ ਤੁਸੀਂ ਲੋਕਾਂ ਨਾਲ ਸਾਨੂੰ ਅਵਗਤ ਕਰਾਉਂਦੇ ਆ। ਪਹਿਲੀ ਗੱਲ ਇਹ ਆ ਵੀ ਜਿਹੜੀ ਤੁਸੀਂ ਅਲਫਾਜ਼ ਬੋਲੇ ਪਏ, ਸਾਬਤ ਕਰ ਦਿੱਤਾ, ਕੋਈ ਸਾਬਤ ਨਹੀਂ ਹੋਇਆ। ਉਹ ਤਾਂ ਇੱਕ ਜਿੱਦਾਂ ਅਖਬਾਰਾਂ ਦੇ ਵਿੱਚ ਮਤਲਬ ਜਿੱਦਾਂ ਖਬਰ ਲੱਗੀ ਆ ਵੀ ਇਹਨਾਂ ਨੂੰ ਇੱਕ ਸਾਡੇ ਕੌਂਸਲਰਾਂ ਨੇ ਕਾਨੂੰਨੀ ਨੋਟਿਸ ਭੇਜਿਆ ਜੀ, ਉਸ ਜਿਹੜੀ ਉਹਦੇ ਮੈਂ ਕਹਿੰਦਾ ਉਹਦੇ ਭੈ ਦੇ ਨਾਲ ਉਹਦੇ ਡਰ ਦੇ ਕਰਕੇ ਇਹਨਾਂ ਨੇ ਜਿਹੜੇ 2 ਬੰਦੇ ਅਪੁਆਇੰਟ ਕੀਤੇ ਆ, ਜਿਹੜੇ ਜਿਨ੍ਹਾਂ ਦੇ ਇੱਕ ਮਾਤਾ ਪਿਤਾ ਸੀਗੇ, ਉਹਨਾਂ ਨੇ ਕੱਲ੍ਹ ਸਪਸ਼ਟ ਤੌਰ 'ਤੇ ਕਹਿਤਾ ਵੀ ਜਿਹੜੇ ਬਾਲੇ ਛੱਤਾਂ ਦੇ ਪੈਸੇ ਆ, ਕਿਉਂਕਿ ਉਹਨਾਂ ਦੀ ਮਾਤਾ ਦੇ ਨਾਂ 'ਤੇ ਜਿਹੜੇ ਬਾਲੇ ਛੱਤਾਂ ਦੇ ਪੈਸੇ ਉਹ ਮਤਲਬ ਅਪਲਾਈ ਕੀਤੇ ਹੋਏ ਸੀ, ਔਰ ਜਿਹੜੇ ਪੈਸੇ ਆ ਉਹਨਾਂ ਦੇ ਅਕਾਊਂਟ ਦੇ ਵਿੱਚ ਗਏ ਆ, ਸਾਰੇ ਪੈਸੇ ਉਹਨਾਂ ਨੂੰ ਦਿੱਤੇ ਆ, ਔਰ ਉਹਨਾਂ ਨੇ ਇਹ ਇੱਥੋਂ ਤੱਕ ਕਹਿਤਾ ਵੀ ਜਿਹੜੇ ਮੇਰੇ 3 ਪੁੱਤ ਆ, ਚੌਥਾ ਪੁੱਤ ਜਿਹੜਾ ਅਮਰਜੀਤ ਐਮ ਸੀ ਮੇਰਾ ਚੌਥਾ ਪੁੱਤ ਵਾ, ਮੇਰਾ ਜੇਠਾ ਪੁੱਤ ਉਹਨਾਂ ਨੇ ਕਿਹਾ ਤੇ ਨਾ ਅਸੀਂ ਇਹਨੂੰ ਕੋਈ ਪੰਜੀ ਦਿੱਤੀ ਹੈ, ਨਾ ਇਹਨੇ ਸਾਡੇ ਤੋਂ ਅੱਜ ਤੱਕ ਕੋਈ ਪੰਜੀ ਦੀ ਕਦੀ ਕੋਈ ਡਿਮਾਂਡ ਕੀਤੀ ਹੈ। ਮੇਰੀਆਂ ਪੈਨਸ਼ਨਾਂ ਵੀ ਸੀ ਉਹ ਵੀ ਇਹਨਾਂ ਨੇ ਲਵਾਈਆਂ, ਔਰ ਉਹਨਾਂ ਦੇ ਫਾਦਰ ਸਾਹਿਬ ਨੇ ਸਪਸ਼ਟ ਤੌਰ 'ਤੇ ਕਿਹਾ ਵੀ ਜਿਹੜੇ ਇਹ ਮੇਰਾ ਜਿਹੜਾ ਲੜਕਾ ਆ, ਇਹਨਾਂ ਨੇ ਜੁੰਡਲੀ ਬਣਾਈ ਹੋਈ ਆ, ਪਊਆ ਸ਼ਰਾਬ ਦਾ ਪਿਲਾ ਕੇ ਉਹਦੇ ਕੋਲ ਇਹ ਬਿਆਨਬਾਜ਼ੀ ਕਰਾਈ ਆ, ਔਰ ਇਹ ਤਾਂ ਉਹਨਾਂ ਦੇ ਘਰਦਿਆਂ ਨੇ ਕਹਿਤਾ। ਇਹਦੇ 'ਚੋਂ ਸਾਬਤ ਕੀ ਹੁੰਦਾ? ਜਿਨ੍ਹਾਂ ਨੇ ਪੈਸੇ ਲਏ ਆ, ਜਿਨ੍ਹਾਂ ਦੇ ਨਾਂ ਦੇ ਪੈਸੇ ਸੀ ਉਹਨਾਂ ਨੂੰ ਮਿਲ ਗਏ, ਕੱਲ੍ਹ ਉਹ ਪੈਸੇ ਕਿਸੇ ਹੋਰ ਦੇ ਐਫੀਡੇਵਿਟ ਮੈਂ ਦੇਈ ਜਾਵਾਂ, ਇਹ ਕਿੱਥੋਂ ਤੱਕ ਸਹੀ ਹੈ? ਭਾਜਪਾ ਆਰੋਪ ਲਾ ਰਹੀ ਹੈ ਵੀ ਜਦੋਂ ਐਫੀਡੇਵਿਟ ਸਾਨੂੰ ਮਿਲ ਗਏ, ਲੋਕਾਂ ਨੇ ਇਲਜ਼ਾਮ ਲਾ ਤੇ ਕਾਂਗਰਸ ਨੂੰ ਹਫੜਾਫੜੀ ਮੱਚ ਗਈ, ਤਾਂ ਸੰਜੀਵ ਬੁੱਗਾ ਨੇ ਆਪਣਾ ਕਾਫਲਾ ਲੈ ਕੇ ਉਹਨਾਂ ਦੇ ਘਰਾਂ ਵਿੱਚ ਜਾ ਕੇ ਉਹਨਾਂ 'ਤੇ ਪ੍ਰੈਸ਼ਰ ਬਣਾਇਆ। ਉਹ ਵੀ ਗੱਲਾਂ ਕਰ ਰਹੇ ਆ ਵੀ ਸਾਨੂੰ ਸੀਏ ਸਟਾਫ ਤੋਂ ਫੋਨ ਵੀ ਆ ਰਹੇ, ਉਹ ਵੀ ਸਾਨੂੰ ਧਮਕਾ ਰਹੇ ਆ ਵੀ ਬਿਆਨ
ਆਪਣੇ ਜਿਹੜੇ ਆਪਣੇ ਬਦਲੋ ਇਸ ਤਰ੍ਹਾਂ ਕਾਂਗਰਸ ਨੂੰ ਨਾ ਭੰਡੋ ਕਿੰਨੀ ਕੁ ਸਚਾਈ ਆ ਉਹ ਕਹਿੰਦੇ ਅਸੀਂ ਇਹ ਸਬੂਤ ਵੀ ਦੇ ਸਕਦੇ ਰਿਕਾਰਡਿੰਗਾਂ ਵੀ ਉਹਨਾਂ ਦੇ ਕੋਲ ਦੇਖੋ ਇਹ ਜਿਹੜੇ ਬੀਜੇਪੀ ਦੇ ਸਾਡੇ ਮੇਅਰ ਸਾਹਿਬ ਆ ਇਹ ਇਦਾਂ ਦੇ ਕੰਮ ਇਹ ਕਰਦੇ ਆ ਵੀ ਲੋਕਾਂ ਦੇ ਘਰਾਂ 'ਚ ਜਾ ਕੇ ਉਹਨਾਂ ਨੂੰ ਧਮਕਾਉਣਾ ਲੋਕਾਂ ਦੀਆਂ ਲੋਕਾਂ ਨੂੰ ਸੀ ਏ ਸਟਾਫ ਤੋਂ ਫੋਨ ਕਰਾਉਣਾ ਉਹ ਇਹਨਾਂ ਦਾ ਕੰਮ ਆ ਜੇ ਇਹਨਾਂ ਨੂੰ ਇੱਦਾਂ ਹੀ ਲੱਗਦਾ ਇਕੱਠੇ ਹੋ ਕੇ ਉਹਨਾਂ ਦੇ ਘਰ ਉਹਨਾਂ ਦੇ ਮਾਤਾ ਪਿਤਾ ਕੋਲ ਚਲੇ ਜਾਣ ਉਹਨਾਂ ਕੋਲ ਤੁਹਾਨੂੰ ਬਿਆਨ ਦਵਾ ਦੇਣ ਜੇ ਇੱਦਾਂ ਹੀ ਲੱਗਦਾ ਜੇ ਉਹ ਸੱਚੇ ਆ ਜਾਂ ਉਹਨਾਂ ਨੇ ਗਲਤ ਬਿਆਨ ਬਾਜੀ ਤੇ ਉਹ ਆਪੇ ਬਦਲ ਲਓਗੇ ਮੇਰਾ ਕਹਿਣ ਦਾ ਮਤਲਬ ਦੂਜਾ ਇੱਕ ਬੰਦਾ ਜਿਹੜਾ ਹਰਬਲਾਸ ਜਿਹੜਾ ਕਹਿੰਦਾ ਵੀ ਮੈਂ ਇਹਨਾਂ ਨੂੰ 10,000 ਰੁਪਇਆ ਦਿੱਤਾ ਹੁਣ ਦੂਜੇ ਦੀ ਵੀ ਗੱਲ ਸੁਣ ਲਓ ਉਹ ਕਿੱਦਾਂ ਦਿੱਤਾ ਉਹਦੇ ਤੁਸੀਂ ਬਿਆਨ ਦੇਖੋ ਉਹ ਕਹਿੰਦਾ ਜਦੋਂ ਇਹ ਐਮ ਸੀ ਬਣਿਆ ਸੀ ਜਦੋਂ ਐਮ ਸੀ ਦੀ ਇਲੈਕਸ਼ਨ ਸੀਗੀ ਉਹ 'ਚ ਮੈਂ ਟੈਂਪੂ ਚਲਾਇਆ ਸੀ 500 ਰੁਪਇਆ ਡੇਲੀ ਤੇ ਉਹ 'ਚ ਮੇਰੇ ਪੈਸੇ ਬਣੇ ਸੀਗੇ 15,000 ਰੁਪਇਆ ਬਣਿਆ ਸੀ ਉਹ 5 ਸਾਲ ਪਹਿਲਾਂ ਜਦੋਂ ਬੀਜੇਪੀ ਦੀ ਇਲੈਕਸ਼ਨ ਲੜੀ ਸੀ ਇਹਨੇ ਤੇ ਉਹ ਜਿਹੜਾ 5,000 ਰੁਪਇਆ ਮੈਂ ਦਿੱਤਾ ਉਹ ਮੇਰੇ ਤੋਂ ਇਹ ਕਹਿੰਦਾ ਸੀ ਵੀ ਮੇਰੇ ਪੈਸੇ ਉਹ 'ਚੋਂ ਕੱਟ ਲਾ ਤੇ ਮੈਂ ਉਹਨੂੰ ਕਿਹਾ ਸੀ ਉਹ ਕਹਿੰਦਾ ਨਹੀਂ ਉਹ ਨਹੀਂ ਤੂੰ ਅਲੱਗ ਦੇ ਮੇਰੇ ਕੋਲ ਕੈਸ਼ ਹੈ ਨਹੀਂ ਸੀ ਮਤਲਬ ਉਹ ਗੱਲ ਗੋਲ ਕਰ ਗਿਆ ਪੂਰੀ ਗੱਲ ਦੱਸ ਨੂੰ 5 ਸਾਲ ਪੁਰਾਣੀ ਗੱਲ ਕਰਦਾ ਜਦੋਂ ਬੀਜੇਪੀ ਦੇ ਸੀ ਇਹਨਾਂ ਨੇ ਕੋਈ ਐਕਸ਼ਨ ਲਿਆ ਉਹਦੇ ਤੇ ਅੱਜ ਉਹ ਬੰਦੇ ਕਿੱਥੋਂ ਆ ਗਏ ਜੇ ਇਹਨਾਂ ਨੂੰ ਉਦਣ ਲੱਗਦਾ ਸੀ ਵੀ ਅਮਰਜੀਤ ਐਮ ਸੀ ਨੇ ਪੈਸੇ ਲਏ ਉਦਣੇ ਉਹਦਾ ਨਾਂ ਅਨਾਊਂਸ ਕਰਨਾ ਚਾਹੀਦਾ ਸੀ ਇਹਨਾਂ ਨੂੰ ਇਹਨਾਂ ਨੇ ਕਾਂਗਰਸੀ ਕੌਂਸਲਰ ਕਹਿ ਕੇ ਸਾਰਿਆਂ ਤੇ ਆਰੋਪ ਲਾਏ ਆ ਤੁਹਾਡੇ ਤੇ ਸਿਰਫ ਵਾਰ ਕਰ ਰਿਹਾ ਵੀ ਮੈਂ ਨਾਂ ਨਹੀਂ ਲੈਣਾ ਸੀ ਐਮ ਸੀ ਦਾ ਉਹ ਵੀ ਗੱਲ ਕਹਿੰਦੇ ਆ ਵੀ ਇਹ ਤਾਂ ਮੈਨੂੰ ਸੰਜੀਵ ਬੁੱਗਾ ਨੇ ਕਿਹਾ ਵੀ ਅਸਤੀਫਾ ਦੇ ਜਦ ਕੇ ਸੰਜੀਵ ਬੁੱਗੇ ਦਾ ਕੋਈ ਹੱਕ ਨਹੀਂ ਮੇਰੇ ਤੋਂ ਅਸਤੀਫਾ ਮੰਗਣ ਦਾ ਵੀ ਹੁਣ ਅਸੀਂ ਚਿਹਰੇ ਨੰਗੇ ਕਰਦੇ ਆ ਵੀ ਹੁਣ ਸੰਜੀਵ ਬੁੱਗਾ ਆਪਣੇ ਕੌਂਸਲ ਤੇ ਕਾਰਵਾਈ ਕਰੇ ਨਹੀਂ ਕਾਰਵਾਈ ਕਰਨ ਦਾ ਮੈਂ ਅੱਜ ਵੀ ਉਹੀ ਗੱਲ ਤੇ ਅੜਿੰਗ ਵਾਂ ਮੈਂ ਕੱਲ ਵੀ ਗੱਲ ਦੱਸੀ ਆ ਵੀ ਅਸੀਂ ਅੱਜ ਵੀ ਉਸ ਜਿਹੜਾ ਕੋਈ ਸਾਡਾ ਕੌਂਸਲਰ ਭ੍ਰਿਸ਼ਟਾਚਾਰ ਕਰਦਾ ਸਾਬਤ ਹੋਵੇ ਤਾਂ ਇਦਾਂ ਮੇਅਰ ਤਾਂ ਬਹੁਤ ਕੁਛ ਕਹਿੰਦਾ ਮੇਅਰ ਦਾ ਤਾਂ ਮੈਂ ਤੁਹਾਨੂੰ ਮਤਲਬ ਬਿਆਨ ਨਹੀਂ ਕਰ ਸਕਦਾ ਉਹਨੂੰ ਪਤਾ ਹੀ ਕੁਛ ਨਹੀਂ ਜਦ ਤੱਕ ਕੋਈ ਚੀਜ਼ ਸਾਬਤ ਨਹੀਂ ਕਰਦਾ ਇਹ ਥੋੜ੍ਹੀ ਮੈਂ ਚੱਕ ਕੇ ਕੌਂਸਲਰ 'ਤੇ ਅਸੀਂ ਕਾਰਵਾਈ ਕਰ ਦਈਏ ਉਹਦੇ ਮਾਤਾ ਪਿਤਾ ਨੇ ਆਪਣੇ ਮੁੰਡੇ 'ਤੇ ਇਲਜ਼ਾਮ ਲਾਤੇ ਹੈ ਅਤੇ ਉਹ 'ਤੇ ਮੇਅਰ ਸਾਹਿਬ ਜਵਾਬ ਦੇਣ ਵੀ ਜਿਹਦੇ ਨਾਂ 'ਤੇ ਬਾਲੇ ਛੱਤਾਂ 'ਤੇ ਪੈਸੇ ਆਏ ਆ ਉਹ ਬੰਦਾ ਪੂਰੀ ਤਰ੍ਹਾਂ ਕਹਿ ਰਿਹਾ ਵੀ ਮੇਰਾ ਪੁੱਤਰ ਨੇ ਸ਼ਰਾਬ ਪੀ ਕੇ ਉਹਨੂੰ ਸ਼ਰਾਬ ਪਿਲਾ ਕੇ ਇਹਨਾਂ ਨੇ ਉਹ ਤੋਂ ਗਲਤ ਬਿਆਨਬਾਜ਼ੀ ਕਰਾਈ ਮੇਰੇ ਹਿਸਾਬ ਨਾਲ ਤਾਂ ਇਹਨਾਂ 'ਤੇ ਕਾਰਵਾਈ ਹੋਣੀ ਚਾਹੀਦੀ ਉਹ ਤੁਹਾਡੇ MLA 'ਤੇ ਵੀ ਤੰਜ ਕੱਸ ਰਹੇ ਸੀ ਉਹ ਕਹਿੰਦੇ ਵੀ ਜਦੋਂ ਬਾਲੇ ਛੱਤ ਦੇ ਪੈਸੇ ਆ ਗਏ ਆ ਵੀ ਉਹ ਤਾਂ ਲੋਕਾਂ ਦੇ ਖਾਤਿਆਂ ਦੇ ਵਿੱਚ ਚਲੇ ਜਾਣੇ ਐਵੇਂ ਤਾਂ ਬਲਵਿੰਦਰ ਸਿੰਘ ਧਾਲੀਵਾਲ ਐਵੇਂ ਪਾਸੇ ਨੰਬਰਾਂ 'ਚ ਪਏ ਹੋਏ ਆ ਵੀ ਉਹ ਲੋਕਾਂ ਨੂੰ ਠੰਡ ਜਿੱਥੇ ਬੁਲਾ ਬੁਲਾ ਕੇ ਸਿਰਫ 6-6-5 'ਚ ਪਾ ਰਹੇ ਆ ਜਦ ਕਿ ਪੈਸੇ ਭਾਜਪਾ ਦੇ ਆ ਦੇਖੋ ਇਹ ਜਦੋਂ ਸਰਕਾਰ ਆਉਂਦੀ ਨਾ ਭੁੱਲ ਜਾਂਦੇ ਆ ਜਦੋਂ ਪਹਿਲਾਂ ਸਰਕਾਰ ਇਹਨਾਂ ਦੀ ਸੀਗੀ ਤੇ ਇਹ ਵੀ ਰੋਜ਼ ਬੰਦਿਆਂ ਨੂੰ ਇੱਥੇ ਸੱਦ ਕੇ ਉਹਨਾਂ ਨੂੰ ਸਰਟੀਫਿਕੇਟ ਵੰਡ ਉਦੋਂ ਵੀ ਜਿਹੜੇ ਬਾਲੇ ਛੱਤਾਂ ਦੇ ਪੈਸੇ ਜਿਹੜੇ ਨੀਲੇ ਕਾਰਡ ਜਾਂ ਨੀਲੇ ਕਾਰਡ ਸਾਡੇ ਤੱਕ ਤਾਂ ਇਹਨਾਂ ਨੇ ਪਹੁੰਚਣੇ ਨਹੀਂ ਦਿੱਤੇ ਅੱਜ ਤੱਕ ਜਿਹੜੇ ਕਾਂਗਰਸੀ ਕੌਂਸਲਰਾਂ ਦੇ ਨੀਲੇ ਕਾਰਡ ਸੀਗੇ ਉਹ ਕੌਂਸਲਰਾਂ ਦੇ ਨੀਲੇ ਕਾਰਡ ਏਰੀਆ ਦੇ ਵਿੱਚ ਪਹੁੰਚੇ ਨਹੀਂ ਜਿਹੜੇ ਕਾਂਗਰਸੀ ਉਹਨਾਂ ਦੇ ਕਾਰਡ ਹੀ ਜ਼ਬਤ ਕਰ ਲਏ ਪਤਾ ਹੀ ਨਹੀਂ ਅੱਜ ਤੱਕ ਕਾਰਡ ਕਿੱਥੇ ਚਲੇ ਗਏ ਔਰ ਮੈਂ ਤੁਹਾਨੂੰ ਜਿਹੜੀ ਸਪਸ਼ਟ ਤੌਰ 'ਤੇ ਜਿਹੜੀ ਇੱਕ ਗੱਲ ਹੋਰ ਦੱਸਦਾ ਵੀ ਇਹਨਾਂ ਦੇ ਜਿਹੜੇ ਕੌਂਸਲਰ ਆ ਜਿਹੜੇ ਗਰੀਬ ਜਨਤਾ ਦੀ ਆਟਾ ਦਾਲ ਸਕੀਮ ਦੇ ਜਿਹੜੀ ਕਣਕ ਇਹਨਾਂ ਦੇ ਕੌਂਸਲਰਾਂ ਦੇ ਖੁਦ ਦੇ ਕਾਰਡ ਬਣੇ ਹੋਏ ਆ ਨੀਲੇ ਕਾਰਡ ਬਣੇ ਹੋਏ ਆ ਔਰ ਜਿਹੜੇ 17,000 ਰੁਪਏ ਨਗਰ ਨਿਗਮ ਤੋਂ ਲੈ ਰਹੇ ਉਹਨਾਂ ਦੇ ਡਿਪੂ ਆ ਉਹਨਾਂ ਨੇ ਨੀਲੇ ਕਾਰਡ ਲੋਕਾਂ ਦੀ ਜਿਹੜੇ ਗਰੀਬ ਜਨਤਾ ਦੀ ਕਣਕ ਖਾ ਰਹੇ ਆ ਔਰ ਹੁਣ ਜਦੋਂ ਰੌਲਾ ਪਿਆ ਤਾਂ ਕਈ ਵਾਰ ਕਣਕ ਕਰਾਉਣ ਔਰ ਮੇਰੇ ਕੋਲ ਉਹਦਾ ਪ੍ਰੂਫ ਆ ਇੱਦਾਂ ਦਾ ਪ੍ਰੂਫ ਇਹ ਦੇਣ ਜੇ ਨਾ ਕਾਰਵਾਈ ਹੋਊਗੀ ਮੈਂ ਸ਼ਹਿਰ ਛੱਡ ਦੂੰ ਮੈਂ ਕਦੀ ਇਲੈਕਸ਼ਨ ਨਹੀਂ ਲੜੂੰਗਾ ਇਹ ਪ੍ਰੂਫ ਦੇਣ ਉੱਥੇ ਕਾਰਵਾਈ ਕਰਾਂਗੇ ਅਸੀਂ ਇਹ ਕਾਰਵਾਈ ਕਰਨ ਲਈ ਇਹਨਾਂ ਨੂੰ ਪ੍ਰੂਫ ਦੇਵਾਂਗੇ ਦੇਖਦੇ ਹਾਂ ਕੀ ਕਾਰਵਾਈ ਕਰਦੇ ਸੋ ਬਿਲਕੁਲ ਫਿਰ ਇੱਕ ਵਾਰੀ ਫਿਰ ਸ਼ੇਰਬਾਜ਼ੀ ਦਹਾੜ ਜਿਹੜੀ ਕਿ ਸੰਜੀਵ ਬੁੱਗਾ ਮਾਰ ਰਿਹਾ ਉਹ ਕਹਿੰਦੇ ਵੀ ਅੱਜ ਵੀ ਆਪਣੀ ਗੱਲ ਤੇ ਕਾਇਮ ਆ ਵੀ ਜੇਕਰ ਕਿਹਾ ਸੀ ਪੁੱਠੇ ਟੰਗ ਦੇ ਕਹਿੰਦੇ ਟੰਗਾਂਗੇ ਵੀ ਪਰ ਕੋਈ ਪ੍ਰੂਫ ਤਾਂ ਸਾਬਤ ਕਰਨ ਸੋ ਇਹਨਾਂ ਨੇ ਕਿਹਾ ਕਿ ਜਿਹੜੇ ਭਾਜਪਾ ਵਾਲੇ ਖੁਦ ਜਿਹੜਾ ਇਹ ਚਿਹਰਿਆਂ ਨੂੰ ਪੈਸੇ ਦੇ ਕੇ ਜਾਂ ਕਿਸੇ ਤਰ੍ਹਾਂ ਉਹਨਾਂ ਨੂੰ ਅੱਗੇ ਲਿਆ ਰਹੇ ਆ ਪਰ ਸਾਡਾ ਕੌਂਸਲਰ ਬੇਦ ਆ ਗਿਆ ਉਸਨੇ ਕੋਈ ਵੀ ਪੈਸਾ ਨਹੀਂ ਲਿਆ ਉਲਟਾ ਇਹਨਾਂ ਨੇ ਇੱਕ ਵੱਡਾ ਆਰੋਪ ਉਲਟਾ ਭਾਜਪਾ ਤੇ ਦਾਗ ਦਿੱਤਾ ਆ ਕਿ ਭਾਜਪਾ ਦੇ ਜਿਹੜੇ ਮੌਜੂਦਾ ਕੌਂਸਲਰ ਆ 17,000 ਰੁਪਏ ਦੀ ਤਨਖਾਹ ਵੀ ਲੈ ਰਹੇ ਆ ਉਹ ਗਰੀਬ ਲੋਕਾਂ ਦੇ ਜਿਹੜੇ ਕਿ ਆਟਾ ਦਾਲ ਦੀਆਂ ਸਕੀਮਾਂ ਵੀ ਖਾ ਰਹੇ ਆ ਖੁਦ ਆਪਣੀਆਂ ਬਣਾਈਆਂ ਹੋਈਆਂ ਨੇ ਇਹਨਾਂ ਕੋਲ ਬੜੇ ਵੱਡੇ ਸਬੂਤ ਆ ਹੁਣ ਇਹਦਾ ਭਾਜਪਾ ਹੀ ਜਾਣੇ ਜਾਂ ਉਹਨਾਂ ਦਾ ਕੰਮ ਜਾਣੇ ਕੀ ਉਹ ਜਿਹੜੇ ਕਿ ਸੰਜੀਵ ਬੁੱਗਾ ਨੇ ਐਡਾ ਵੱਡਾ ਇੱਕ ਚੈਲੰਜ ਕੀਤਾ ਜਾਂ ਐਡਾ ਵੱਡਾ ਐਲਾਨ ਕੀਤਾ ਉਸਦਾ ਪ੍ਰੂਫ ਇਹਨਾਂ ਤੋਂ ਲੈ ਸਕਦੇ ਆ ਇਹਨਾਂ ਨੇ ਕਿਹਾ ਵੀ ਅਸੀਂ ਤਾਂ ਕਾਰਵਾਈ ਕਰਾਂਗੇ ਜੇਕਰ ਕੋਈ ਸੋਲਿਡ ਪ੍ਰੂਫ ਹੋਵੇ ਵੀ ਜੇ ਇਹ ਆਪਣੇ ਵੱਲੋਂ ਕੋਈ ਸੋਲਿਡ ਪ੍ਰੂਫ ਦੇ ਦੇਣਗੇ ਕਿ ਇਹ ਭਾਜਪਾ ਦੇ ਕੌਂਸਲਰਾਂ 'ਤੇ ਕੋਈ ਵੀ ਕਾਰਵਾਈ ਕਰਨਗੇ ਹੁਣ ਜਿਹੜੀ ਕਿ ਇਹ ਗੇਂਦ ਹੈਗੀ ਆ ਭਾਜਪਾ ਦੇ ਪੱਲੇ ਜਾ ਡਿੱਗੀ ਹੈ ਤਾਂ ਹੁਣ ਭਾਜਪਾ ਵਾਲੇ ਦੇਖਣ ਕੀ ਇਸ ਗੱਲ ਦਾ ਜਵਾਬ ਦਿੰਦੇ ਆ ਕੈਮਰਾ ਨਵਦੀਪ ਦੇ ਨਾਲ ਹਰਦੀਪ ਸਿੰਘ ਤੱਗੜ ਸਾਂਝ ਟੀਵੀ
ਫਗਵਾੜਾ। ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ। ਸਾਂਝ ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ ਦੇ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ ਟੀਵੀ।